ਵੈਲਕਮ ਬੈ ਲਾਹੌਰ ਪਿਜਨ ਕਲੱਬ। ਉਮੀਦ ਹੈ ਮੇਰੇ ਸਾਰੇ ਭਰਾ ਖੈਰੀਅਤ ਨਾਲ ਹੋਣਗੇ, ਫਿੱਟ ਹੋਣਗੇ। ਕਬੂਤਰ ਰੁੜਾਏ ਨੇ, ਮਾਸ਼ਾਅੱਲਾ ਜੋੜੇ ਅੰਡੇ ਅੰਡੇ ਵੀ ਦੇਣੇ ਸ਼ੁਰੂ ਕਰਦੇ ਨੇ। ਅੱਜ ਬਈਏ ਤੁਹਾਨੂੰ ਨਸਲੀ ਕਬੂਤਰ ਦੇ ਬਾਰੇ ਦੱਸਾਂਗੇ, ਨਸਲੀ ਔਰ ਬੇਨਸਲੀ। ਨਸਲ ਕਿਵੇਂ ਬਣਾਈ ਜਾਵੇ, ਨਸਲ ਬਣਾ ਕਿਵੇਂ ਬਣੇ। ਤੁਹਾਨੂੰ ਬੱਚੇ ਦਾ ਸੋਟ ਕਰਵਾਉਣਾ, ਬੱਚਾ ਕਿਉਂ ਫੜਿਆ, ਡੂਮ ਚੈੱਕ ਕਰ ਲਓ, ਠੀਕ ਹੈ। ਆ ਬੱਚੇ ਦੀ ਮਾਂ ਦੀ ਡੂਮ ਖੁੱਲੀ ਹੈ, ਖੁੱਲੀ ਡੂਮ ਦੀ। ਪੰਜੇ ਵੇਖ ਲਓ, ਪੈਰ ਦਾ ਸੱਟ ਹੋ ਚੀਜ਼ ਵੱਡੀਆਂ ਗਲੀਆਂ ਤਾਂ ਹੋ ਗਿਆ ਜੀ, ਮੈਂ ਪੁੱਟ ਦਾ ਵੀ ਬਸ ਪੰਜ ਗਲੀ ਦਾ ਹੋ ਗਿਆ ਜੀ। ਪੱਲਾ ਚੈੱਕ ਕਰੋ, ਖੜੀ ਹੋਣੀ ਚੈੱਕ ਕਰਨਾ, ਡਰ ਕੇ। ਹੁਣ ਤੁਹਾਨੂੰ ਉਹਦੀ ਮਾਂ ਦਾ ਸੋਟ ਕਰਵਾਉਣਾ, ਇਹ ਮਾਟੀ ਹੈ ਬਈ ਉਹ, ਇਹਦੇ ਪੜ ਗਿਰਨਾ ਪੂ ਛੱਲੇ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਨੇ, ਅਤੇ ਇਹ ਡੁੰਮ ਚਾਹੀਦੇ, ਇਹ ਇੱਕ ਇਹ ਡੁੰਬ ਹੈ। ਡੁੰਬੀ ਖੁੱਲ੍ਹੀ ਡੁੰਬੇ ਅਤੇ ਬਈ ਉਹ ਇਹਦੇ ਨਾਲ ਸਾਡਾ ਮੂੰਹ ਕਬੂਤਰ ਲੱਗਿਆ ਚੱਪੜਾ, ਬੱਚਾ ਤੁਹਾਡੇ ਸਾਹਮਣੇ ਹੀ। ਇੱਕ ਹੋਰ ਬੱਚੇ ਦਾ ਸੋਕ ਕਰਵਾਉਣਾ, ਖੁੱਲ੍ਹੀ ਡੁੰਬ ਵਾਲੀ ਮਾਤੀ 'ਚ ਆਇਆ ਸੀ, ਉਹਦੀ ਜੀ ਨੋਰਮਲ ਖੁੱਲ੍ਹੀ ਜੀ, ਇਹ ਮਾਤੀ ਇਹ ਡੁੰਮੇ ਇਹਦੀ ਮਾਤੀ ਬਹੁਤ ਅੱਛੀ ਹੈ, ਬਹੁਤ ਹੀ ਆਊ ਕਲਾਸ ਮਾਤੀ ਹੈ। ਡੁੰਮ ਥੋੜ੍ਹੀ ਜਿਹੀ ਖੁੱਲ੍ਹੀ ਹੈ, ਤੁਹਾਨੂੰ ਬੱਚੇ ਦਾ ਘਰੋਂ ਆਵਾ ਬੱਚੇ ਦੀ ਡੁੰਮ ਲੱਗੀ। ਇਹ ਚੈੱਕ ਕਰੋ ਬਾਈ, ਕਲਰ ਚੈੱਕ ਕਰੋ, ਮੀਲ ਬਹੁਤ ਉੜੇਗਾ। ਅੱਜ ਪੰਜ ਫੌਜੀ ਭੇਜੇ ਨੇ ਕੰਮ 'ਤੇ, ਬੱਚਾ ਨਵਾਂ ਛੱਡਿਆ ਜੀ, ਸੱਤ ਕਲੀ ਦਾ ਹੋ ਗਿਆ ਜੀ ਬਾਈ। ਤੇ ਕਿਆ ਸਾਡਾ ਫੌਜੀ ਪੜ ਚੈੱਕ ਕਰੋ, ਕਹਿੰਦੇ ਉਹਨੂੰ ਮੈਂ ਬੰਨ ਤਾ ਦੇ, ਬੜਾ ਜਲੀਲ ਕਰਨ ਦੇ ਇਹਦੀ ਗੱਲ। ਆ ਬੱਚਾ ਡੇਟ 'ਤੇ ਮੈਂ ਸ਼ਾਮ ਨੂੰ ਬੈਠਾ ਦੇ, ਮੋੜ ਨੂੰ ਅੱਜ ਪੰਜ ਵਜੇ ਬੈਠਾ ਆਇਆ ਬੱਚਾ, ਮਸ਼ਹੂਰ ਕਰਵਾਵਾਂ। ਬਈ ਉਹ ਬਟੇਰਾ ਕਬੂਤਰ ਜੀ, ਡੈਡੀ ਮਾਦੇ ਦੀ ਉਹਨਾਂ ਦਾ ਬੱਚਾ, ਮੇਰੇ ਮਾਮੂ ਦੇ ਘਰ ਦੇ ਜੋੜੇ ਨੇ, ਮਾਸ਼ਾਅੱਲਾ ਉਹਨਾਂ ਦਾ ਬੱਚਾ, ਬਹੁਤ ਹੀ ਅੱਛਾ ਬੱਚਾ, ਕਿੰਨਾ ਝੂਠ ਬੋਲੋ ਉਨਾ ਅੱਛਾ ਬੱਚਾ। ਬਈ ਉਹ ਨਸਲ ਐਵੇਂ ਨਹੀਂ ਬਣ ਜਾਂਦੀ, ਉੜੇ ਹੋਏ ਕਬੂਤਰ ਆਉਣ ਅਤੇ ਉਹਨਾਂ ਦੇ ਬੱਚੇ ਕਢਾਓ ਅਤੇ ਨਸਲ ਬਣਾ ਲਓ। ਹਮੇਸ਼ਾ ਉੜਿਆ ਹੋਇਆ ਕਬੂਤਰ ਹੀ ਕੰਮ ਆਉਂਦਾ ਜ਼ਿਆਦਾਤਰ ਮੇਰੀ ਨਜ਼ਰ ਦੇ ਨਾਲ, ਮੈਂ ਜੋੜਾ ਕਬੂਤਰ ਕੀ ਹੈ, ਕੁਆਲਿਟੀਆਂ ਵੇਖੋ ਉਹਦੀਆਂ, ਕੀ ਕਿੰਨਾ ਤਾਂ ਚੰਗਾ ਡੁੰਮ 'ਤੇ ਬਣਦੀ ਹੈ ਇਹਦੀ,
ਇਹ ਪੰਜੇ ਨੇ। ਹੁਣ ਤੁਸੀਂ ਦੱਸੋ ਕਿੰਨਾ ਦਾ ਚੰਗਾ, ਅਗਰ ਕਬੂਤਰ ਜੇਲ ਦੇ ਵਿੱਚ ਲਾਈਟਾਂ ਦੇ ਬਹਿੰਦਾ ਰਿਹਾ। ਬਈ ਉਹ ਕੈਮਰਾ ਸਹੀ ਨਹੀਂ ਹੈ, ਇਨਸ਼ਾਅੱਲਾ ਨਵਾਂ ਲਵਾਂਗੇ, ਤੁਹਾਨੂੰ ਸ਼ੋਅ ਕਰਵਾਵਾਂਗੇ। ਇਹ ਚੈੱਕ ਕਰੋ ਕਬੂਤਰ ਦੀ ਖਰੀਦ, ਇਹ ਲਾਈਟਾਂ ਦੇ ਬਹਿੰਦਾ ਰਿਹਾ ਕਬੂਤਰ ਨੇ। ਉਹ ਪਿੱਛੇ ਟੈਡੀ ਮਾਤਾ ਜੋੜਾ ਹੀ ਉੜਿਆ ਹੋਇਆ। ਹੁਣ ਮੇਰੀ ਸਲਾਹ ਇਹ ਕਬੂਤਰ ਨੂੰ ਵੀ ਜੋੜੇ ਪਾ ਲਈਏ, ਇਹ ਜੇਲ੍ਹ 'ਤੇ ਵੀ 2-3 ਵਜੇ ਬਹਿੰਦਾ ਰਿਹਾ। ਇਹ ਵੇਖੋ ਅਜੇ ਪੜ ਆ ਰਹੇ ਨੇ, ਮੈਂ ਪੜ ਪਟਾਈ ਕੀਤੀ ਸੀ, ਮੈਂ ਹਟਾਵਾਂਗਾ। ਬਾਥਰੂਮ ਮੈਨੂੰ ਪਤਾ ਚੱਲਿਆ ਅਤੇ ਭਾਣ ਬਹੁਤ ਜ਼ਿਆਦਾ ਉੜੇ ਹੋਏ ਨੇ ਜੇਲ੍ਹ ਦੇ ਵਿੱਚ। ਫਿਰ ਮੈਂ ਕਿਹਾ ਕੀ ਪਤਾ ਬੱਚੇ ਡਾ ਹੀ ਜਾਵੇ, ਇਹ ਜੋੜਿਆ ਦੇ ਬੱਚੇ ਡਾਂਦਾ ਨਾ ਮੀਂਹ ਦੇ ਮੈਨੂੰ ਬਈਓ, ਇਹ ਵੀ ਬੱਚੇ ਡਾ ਦੇਗਾ। ਮੀਂਹ ਦੇ ਹੁਣ ਤੁਹਾਨੂੰ ਧੋੜ ਮਲਦੀ ਸ਼ੋਅ ਕਰਵਾਉਣਾ। ਇਹ ਵੇਖੋ ਇੰਜ ਫੜੀਏ ਅਤੇ ਇਹ ਦੁੰਮ ਕਿਵੇਂ ਖੋਲਣ ਦਈਏ, ਖੋਲਣ ਦਈਏ। ਇਹ ਵੇਖੋ ਇਹ ਬੰਦ ਦੁੰਮ ਦਈਏ, ਇਹ ਮਰਦਾ। ਨਾਲ ਕਬੂਤਰ ਆਪਾਂ ਬਈਓ ਲਾਇਆ, ਇਹ ਕਬੂਤਰ ਬੰਦ ਦੁੰਮ ਦਈਏ। ਮਾਸ਼ਾਅੱਲਾ ਬੱਚਾ ਤਾਂ ਫਿਲਹਾਲ ਮੇਰੇ ਪਾਸ ਹੈ ਨਹੀਂ ਹੈ, ਲੇਕਿਨ ਨਾ ਬਹੁਤ ਹੀ ਅੱਛੇ ਬੱਚੇ ਨਿਕਾਲਦਾ, ਕਲੂੰਬੇ ਵੀ ਨਿਕਾਲਦਾ, ਜੋਨਸ ਦੇ ਗੋਲਡਨ ਜੇ ਵੀ ਕੱਢਦਾ। ਕੀ ਬਈ ਉਹਦੇ ਮੈਂ ਕੀ ਕਹਿ ਰਿਹਾ ਸੀ, ਅਤੇ ਡੁੰਬ ਦੇ ਹੋ ਜਾਂਦੀ ਹੈ ਸੈੱਟ, ਕਬੂਤਰ ਅੱਛਾ ਨਾ ਲੱਗ ਜੇ ਬੰਦ ਡੁੰਬਦਾ ਹੋਵੇ, ਅਤੇ ਛੋਟੀ ਹੱਡੀ ਵੀ ਵੱਡੀ ਹੱਡੀ ਦਾ ਹੋ ਜਾਂਦੀ ਹੈ। ਛੋਟੀ ਹੱਡੀ ਦੀ ਮਰਦੀ ਹੋਵੇ, ਵੱਡੀ ਹੱਡੀ ਦਾ ਨਾਲ ਹੋਵੇ, ਅਤੇ ਬੱਚੇ ਆਓ ਅੱਛੇ ਨਿਕਲ ਆਉਂਦੇ। ਮੈਂ ਤੁਹਾਨੂੰ ਉਹ ਖਾਇਆ ਨਾ, ਇਹ ਮਿਸਾਲ ਲੈ ਲਓ, ਇਹ ਵੇਖੋ ਮਾਂ ਦੀ ਵੇਖੋ ਅਤੇ ਬੱਚਾ ਵੇਖੋ, ਇਹ ਵੇਖੋ ਖੜੀ ਹੋਣੀ ਚੈੱਕ ਕਰੋ। ਬੱਚਾ ਚੋੜਿਆਂ ਦੇ ਵੀ ਇਸਤੇਮਾਲ ਹੁੰਦਾ, ਕਿੰਨੇ ਇਹਦੇ ਫਾਇਦੇ ਆਏ ਨੇ ਨਾ। ਡੈਡੀ ਜੋੜਾ ਇਹ ਜੋੜੇ ਨਰਦੀ ਕੋਰੀ ਜੀ ਡੁੰਗਣਾ ਖੁੱਲੀ ਨੋਰਮਲ ਜੀ, ਬਿਲਕੁਲ ਮਾਦੀ ਨਾਲ ਲਾਈਏ ਬੰਦ ਚੱਜ ਪਈ। ਤੁਹਾਨੂੰ ਇਹ ਮਾਦੀ ਦੱਸੀ ਜੀ, ਇੰਨਾ ਲੈਟ ਬੁੱਟ ਲਾਇਆ ਬੰਨ ਡੁੰਮ ਦਈਏ, ਉਹਦਾ ਜਿਹੜਾ ਢਿੱਲਾ ਵਿਚਾਰਾ ਸੈੱਟ ਹੋ ਗਿਆ, ਅਤੇ ਇਹਦੀ ਹੱਡੀ ਖੁੱਲ੍ਹੀ, ਉਹ ਡੁੰਬ ਉਹਦੀ ਖੁੱਲ੍ਹੀ ਇਹਦੀ ਬੰਦ ਹੈ। ਬਈ ਉਹ ਟੈਡੀ ਮਾਦੀ ਵੇਖ ਰਹੇ ਹੋ, ਇਹਦੀ ਡੁੰਮ ਦੇ ਨਾ ਜਾਣਾ ਡੁੰਮ ਖੁੱਲ੍ਹੀ ਹੈ, ਅਤੇ ਕੁਆਲਿਟੀਆਂ ਬਹੁਤ ਨੇ। ਟੈਡੀ ਮਾਸ਼ਾਅੱਲਾ ਜੀ, ਬਈ ਉਹ ਅੱਛੇ ਕਬੂਤਰ ਬਣਦੇ ਜਾਂਦੇ ਨੇ। ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਨਾ, ਤੁਹਾਡੇ ਲਈ ਵੀਡੀਓ ਬਣਾ ਰਹੇ ਮਾਸ਼ਾਅੱਲਾ। ਉਹ ਪਿੱਛੇ ਬਟੇਰਾ ਕਬੂਤਰ ਲਾ, ਫਿਰ ਭਾਈਓ ਵੀਡੀਓ ਨੂੰ ਲਾਜ਼ਮੀ ਕਰ ਦਿਆ ਕਰ, ਤੁਹਾਡਾ ਕੀ ਜਾਂਦਾ, ਤੁਹਾਨੂੰ ਤਾਂ ਉਹਦੇ ਵਿਊ ਆ ਜਾਂਦੇ, ਸਾਡਾ ਵੀ ਦਿਲ ਹੈਪੀ ਹੋ ਜਾਏਗਾ। ਲਾ।